ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਕਾਲੀ ਦਲ ਸੁਭੀ ਸਿੰਘ ਬਾਦਲ ਤੇ ਇੱਕ ਵੱਡੀ ਟਿੱਪਣੀ ਕੀਤੀ ਆ ਉਹਨੇ ਕਿਹਾ ਕਿ ਪਾਗਲ ਕਹਿਣ ਵਾਲਿਆਂ ਦਾ ਅਸਲ ਦੇ ਵਿੱਚ ਜਾਂ ਉਹਨਾਂ ਦੀ ਬਖਲਾੜਟ ਆ ਜਾਂ ਉਹਨਾਂ ਦਾ ਦਿਮਾਗੀ ਸੁਤਲਨ ਖਰਾਬ ਹੋ ਚੁੱਕਾ ਹੈ ਭਗਵੰਤ ਮਾਨ ਨੇ ਇੱਕ ਟਵੀਟ ਜਾਰੀ ਕੀਤਾ ਉਹਦੇ ਚ ਲਿਖਿਆ ਆਓ ਦੇਖੀਏ ਆਓ ਦੇਖੋ ਪੰਜਾਬੀਓ ਇਹਨਾਂ ਦੀ ਬਖਲਾੜਟ ਦਾ ਜਾਂ ਦਿਮਾਗੀ ਸੁਤਲਨ ਖਰਾਬ ਹੈ ਬਾਦਲ ਵੀ ਸਾਹਿਬ ਬਰਨਾਲਾ ਵੀ ਸਾਹਿਬ ਬਿੰਦ ਸਿੰਘ ਵੀ ਅਤੇ ਕੈਪਟਨ ਵੀ ਸਾਹਿਬ ਮੈਨੂੰ ਪਾਗਲ ਜਾਂ ਡੈਸ਼ ਡੈਸ਼ ਕੋਈ ਗੱਲ ਨਹੀਂ ਸੁਬੀਰ ਸਿੰਘ ਜੀ ਮੇਰੇ ਨਾਲ ਕੁਦਰਤ ਹੈ ਮੇਰੇ ਨਾਲ ਲੋਕ ਨੇ ਘਟੋ ਘਟ ਇਹ ਪਾਗਲ ਜਹਾ ਪੰਜਾਬ ਨੂੰ ਲੁੱਟਦਾ ਨਹੀਂ ਤੁਹਾਡੇ ਵਾਂਗ ਇਹ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਸਿੱਧਾ ਅਟੈਕ ਸੁਬੀਰ ਸਿੰਘ ਬਾਦਲ ਤੇ ਉਹਨੇ ਕਿਹਾ ਕਿ ਪਾਗਲ ਕਹਿ ਰਹੇ ਲੇਕਿਨ ਮੈਂ ਤੁਹਾਡੇ ਵਾਂਗੂ ਪੰਜਾਬ ਨੂੰ ਨਹੀਂ ਲੁੱਟਦਾ ਸੀਐਮ ਭਗਵੰਤ ਮਾਨ ਨੇ ਸ਼੍ਰੋਮਣੀ ਕਾਲੀ ਦਲ ਸੁਬੀਰ ਸਿੰਘ ਬਾਦਲ ਨੂੰ ਪਾਗਲ ਕਹਿਤੇ ਇੱਕ ਕਰਾਰਾ ਜਵਾਬ ਦਿੱਤਾਗਾ ਮੁੱਖ ਮੰਤਰੀ ਨੇ ਕਿਹਾ ਸੁਭੀ ਸਿੰਘ ਬਾਦਲ ਦੀ ਵੀਡੀਓ ਨੂੰ ਟਵੀਟ ਕਰ ਦਿਓ ਲਿਖਿਆ ਕਿ ਦੇਖੋ ਪੰਜਾਬੀਓ ਜਿਵੇਂ ਅਸੀਂ ਪਹਿਲਾਂ ਤੁਹਾਨੂੰ ਸੁਣਾ ਚੁੱਕੇ ਇੱਕ ਵਾਰ ਫਿਰ ਸੁਣਾ ਰਹੇ ਨੇ ਜਿਹੜਾ ਭਗਵੰਤ ਮਾਨ ਨੇ ਟਵੀਟ ਕੀਤਾ ਆ ਦੇਖੋ ਪੰਜਾਬੀਓ ਇਹਨਾਂ ਦੀ ਬੁਖਲਾਟ ਜਾਂ ਦਿਮਾਗੀ ਸੁਤਲਨ ਖਰਾਬ ਡੈਸ਼ ਡੈਸ਼ ਬਾਦਲ ਵੀ ਸਾਹਿਬ ਡੈਸ਼ ਬਰਨਾਲਾ ਵੀ ਸਾਹਿਬ ਡੈਸ਼ ਡੈਸ਼ ਬਿੰਦ ਸਿੰਘ ਵੀ ਅਤੇ ਕੈਪਟਨ ਵੀ ਸਾਹਿਬ ਡੈਸ਼ ਮੈਨੂੰ ਪਾਗਲ ਜਿਹਾ ਡੈਸ਼ ਕੋਈ ਗੱਲ ਨਹੀਂ ਸੁਬੀਰ ਜੀ ਮੇਰੇ ਨਾਲ ਕੁਦਰਤ ਹੈ ਮੇਰੇ ਨਾਲ ਲੋਕ ਨੇ ਕਟੋ-ਕਟ ਇਹ ਪਾਗਲ ਜਿਹਾ ਪੰਜਾਬ ਨੂੰ ਲੁੱਟਦਾ ਨਹੀਂ ਤੁਹਾਡੇ ਵਾਂਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਨੇ ਬੀਤੇ ਦਿਨੀ ਗੁਰਦੁਆਰਾ ਸਾਹਿਬ ਵਿਖੇ ਸੰਬੋਧਨ ਕਰਦੇ ਹੋਏ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਮੁੱਖ ਮੰਤਰੀ ਦੇ ਕਾਰਜਕਾਲ ਦੀ ਕਾਰਗੁਜ਼ਾਰੀ ਨੂੰ ਦਿਖਾ ਦੱਸ ਰਹੇ ਸਨ ਉਹਨਾਂ ਕਹੇ ਕਿ ਜਦੋਂ ਪੰਜਾਬ ਬਣਿਆ ਸੀ ਤੇ ਚਾਰ ਸੀਐਮ ਬਣੇ ਸੀ ਉਹਨਾਂ ਕਹਿੰਦੇ ਕਿ ਤਿੰਨ ਸੀਐਮ ਹੀ ਸਮਝੋ ਕਿਉਂਕਿ ਸਾਬਕਾ ਸੀਐਮ ਸਰਜੀਤ ਸਿੰਘ ਬਰਨਾਲਾ ਦਾ ਜਿਹੜਾ ਕਾਰਜਕਾਲ ਆ ਉਹ ਮੈਜ 2.5 ਸਾਲ ਹੀ ਰਿਹਾ ਲੇਕਿਨ ਬਾਦਲ ਸਾਹਿਬ ਨੇ ਕਰੀਬ 20 ਸਾਲ ਕੈਪਟਨ ਅਮਰਿੰਦਰ ਸਿੰਘ ਨੇ 10 ਸਾਲ ਅਤੇ ਬਿੰਦ ਸਿੰਘ ਨੇ 5 ਸਾਲ ਸੀਐਮ ਰਹੇ ਨੇ ਪੰਜਾਬ ਦੇ ਵਿੱਚ ਵਿਰੋਧੀ ਦਲਾਂ ਦੇ ਪ੍ਰਧਾਨ ਵਿਦੈਕ ਅਤੇ ਲੀਡਰ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਬਿਆਨ ਵਰਜੀ ਕਰਦੇ ਨੇ ਤੇ ਉਹਨਾਂ ਦੇ ਦਾਅਵਿਆਂ ਨੂੰ ਗਲਤ ਦੱਸਦੇ ਆ ਰਹੇ ਨੇ ਪੰਜਾਬ ਤੇ ਕਰਜ਼ੇ ਦਾ ਕਰਜ਼ਾ ਵਧਾਉਣ ਦਾ ਨੂੰ ਲੈ ਕੇ ਜਾਂ ਪੰਜਾਬ ਦਾ ਜਿਹੜਾ ਪੈਸਾ ਸਰਕਾਰੀ ਮਸ਼ਹੂਰੀਆਂ ਸਮੇਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ذریعے ਜਿਹੜਾ ਦੂਜੇ ਸੂਬਿਆਂ ਦੀਆਂ মিডিਆ ਨੂੰ ਐਡ ਜਾਰੀ ਕਰ ਰਹੇ ਇਹਨਾਂ ਮਸਲਾਂ ਦੇ ਵਿੱਚ ਲਗਾਤਾਰ ਵਿਰੋਧੀ ਘੇਰਦੇ ਆ ਰਹੇ ਨੇ ਇਥੋਂ ਤੱਕ ਕਿ ਆਮ ਆਦੀ ਪਾਰਟੀ ਦੇ ਕੈਬਨਰ ਮੰਤਰੀ ਲਾਲਚੰਦ ਕਟਾਰੂ ਚੱਕ ਨੂੰ ਵੀ ਬਚਾਉਣ ਦੇ ਦੋਸ਼ ਲੱਗ ਰਹੇ ਨੇ ਸਰਕਾਰ ਨੇ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਦਾ ਜਿਹੜਾ ਜਵਾਬ ਲਗਾਤਾਰ ਦੇਰੇ ਸੀ ਉਹਦੇ ਚ ਇੱਕ ਨਵੀਂ ਟਿੱਪਣੀ ਕਰ ਦਿੱਤੀ ਹੈਗੀ ਆ ਜਿਹੜੀ ਸੁਭੀ ਸਿੰਘ ਬਾਦਲ ਹੁਣਾਂ ਨੂੰ ਲੈ ਕੇ ਕੀਤੀ ਗਈ ਆ ਕਿ ਮੇਰੇ ਨਾਲ ਕੁਦਰਤ ਹੈ ਇਹ ਘੱਟੋ ਘੱਟ ਇਹ ਪਾਗਲ ਜਿਸ ਨੂੰ ਤੁਸੀਂ ਪਾਗਲ ਕਹ ਰਹੇ ਪੰਜਾਬ ਨੂੰ ਤੁਹਾਡੇ ਵਾਂਗ ਲੁੱਟਦਾ ਨਹੀਂ ਪਿੱਛੇ ਜੇ ਵਿਆਹਾਂ ਦੇ ਮਸਲੇ ਦੇ ਵਿੱਚ ਵੀ ਮੁੱਖ ਮੰਤਰੀ ਨੂੰ ਲਗਾਤਾਰ ਵਿਰੋਧੀ ਘੇਰੇ ਸੀ ਉਹਨਾਂ ਨੇ ਵਿਆਹਾਂ ਨੂੰ ਲੈ ਕੇ ਵੀ ਵਿਰੋਧੀਆਂ ਤੇ ਖੂਬ ਨਿਸ਼ਾਨੇ ਲਗਾਏ ਸੀ ਉਸ ਤੋਂ ਬਾਅਦ ਵਿਆਹਾਂ ਵਾਲੀ ਸਿਆਸਤ ਖਤਮ ਹੋ ਗਈ ਸੀ ਲੇਕਿਨ ਹੁਣ ਇਹ ਜਿਹੜਾ ਟਵੀਟ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਰੀ ਕਰ ਦਿੱਤਾ ਗਿਆ ਇਸ ਮਸਲੇ ਦੇ ਵਿੱਚ ਦੇਖਦੇ ਹਾਂ ਕਿ ਸੁਬੀਤ ਸਿੰਘ ਬਾਦਲ ਹੋਣੀ ਟਿੱਪਣੀ ਦੇਣਾ ਮناسب ਸਮਝਦੇ ਜਾਂ ਨਹੀਂ ਕਿਉਂਕਿ ਸੁਬੀਤ ਸਿੰਘ ਬਾਦਲ ਅਕਸਰ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਕਾਫੀ ਨਿੱਜੀ ਹਮਲੇ ਕਰਦੇ ਆ ਰਹੇ ਨੇ ਕਦੇ ਨਖੰਬਾ ਕਹ ਰਹੇ ਨੇ ਕਦੇ ਸ਼ਰਾਬੀ ਕਹ ਰਹੇ ਨੇ ਔਰ ਹੁਣ ਜਦੋਂ ਵਾਰੀ ਆਈ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਉਹਨਾਂ ਨੇ ਕਾਫੀ ਕਰਾਰੇ ਹਥੀਲੇਆ ਬਰੂਹ ਮੁੱਖ ਮੰਤਰੀ ਚਾਇਓ ਦੇ ਚ ਪ੍ਰਕਾਸ਼ ਸਿੰਘ ਬਾਦਲ ਹੋਣ ਚਾਹੇ ਬਿੰਦ ਸਿੰਘ ਹੋਣ ਇਸੇ ਤਰ੍ਹਾਂ ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜ਼ਿਕਰ ਕੀਤਾ ਆਪਣੇ ਟਵੀਟ ਦੇ ਵਿੱਚ ਇਹ ਵੀ ਕਹਿਆ ਕਿ ਜਿਹੜੇ ਤੁਸੀਂ ਲੋਕ ਖਾਸ ਕਰਕੇ ਸੁਬੀ ਸਿੰਘ ਬਾਦਲ ਤੇ ਨਿਸ਼ਾਨਾ ਲਗਾਏ ਕਿ ਪਾਗਲ ਕਹਿ ਰਹੋ ਪਰ ਪਾਗਲ ਇੱਕ ਗੱਲ ਦੀ ਗਾਰੰਟੀ ਦੇਦੇ ਕਿ ਉਹ ਤੁਹਾਡੇ ਵਾਂਗੂ ਲੁੱਟਦੇ ਨਹੀਂ ਆ ਜਿਵੇਂ ਤੁਸੀਂ ਪੰਜਾਬ ਨੂੰ ਲੁੱਟਿਆਗਾ ਇਸ ਕਰਕੇ ਜਿਹੜੀ ਟਿੱਪਣੀ ਕੀਤੀ ਗਈ ਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੇਖਦੇ ਆ ਕਿ ਇਸ ਟਿੱਪਣੀ ਦਾ ਜਵਾਬ ਸ਼ਰੂਮਨੀ ਕਾਲੀ ਦਲ ਬਰਨਾਲਾ ਧੜਾ ਕੈਪਟਨ ਮਰਿੰਦਰ ਸਿੰਘ ਸਮੀਤ ਕੋਈ ਟਿੱਪਣੀ ਦਾ ਜਵਾਬ ਦਿੰਦੇ ਕਿ ਨਹੀਂ ਦਿੰਦੇ ਲੇਕਿਨ ਪੰਜਾਬ ਦੇ ਵਿੱਚ ਜਿਸ ਸਾਡੀ ਸਿਆਸਤ ਚੱਲ ਰਹੀ ਆ ਉਹ ਸਿਆਸਤ ਪੰਜਾਬ ਦੇ ਭਲੇ ਵਾਲੀ ਨਹੀਂ ਲੱਗਦੀ ਕਿਉਂਕਿ ਪੰਜਾਬ ਨੂੰ ਤਰੱਕੀ ਦੀ ਲੋੜ ਆ ਪੰਜਾਬ ਨੂੰ ਨਿੱਜੀ ਟਿੱਪਣੀਆਂ ਤੋਂ ਬਚਣ ਦੀ ਲੋੜ ਹੈਗੀ ਲੇਕਿਨ ਫਿਲਹਾਲ ਵਿਆਮਾ ਵਾਲੇ ਮਸਲੇ ਹੋਵੇ ਜਾਂ ਫਿਰ ਹੋਰ ਕਰੈਕਟਰ ਨੂੰ ਲੈ ਕੇ ਜੋ ਪੰਜਾਬ ਵਿੱਚ ਸਿਆਸਤ ਹੋ ਰਹੀ ਆ ਉਸ ਸਿਆਸਤ ਦੇ ਨਾਲ لازਮੀ ਤੌਰ ਤੇ ਨਾ ਪੰਜਾਬ ਨੂੰ ਰਾਜਨੀਤਿਕ ਤੌਰ ਤੇ ਨਾ ਤੋ ਟੋਰਤੇ ਫਰਦਾ ਮਿਲਗਾ ਲੇਕਿਨ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਵੀ ਵਿਰੋਧੀਆਂ ਤੇ ਫਿਰ ਨਿਸ਼ਾਨਾ ਲਾਉਂਦੇ ਨੇ ਤੇ ਲਾਜ਼ਮੀ ਤੌਰ ਤੇ ਫਿਰ ਵਿਰੋਧੀ ਉਹਨਾਂ ਦੀਆਂ ਟਿੱਪਣੀਆਂ ਉਹਨਾਂ ਦੇ ਮੀਨੀ ਸੁਣ ਕੇ ਕਾਫੀ ਦਿਨਾਂ ਤੱਕ ਠੰਡੇ ਰਹਿੰਦੇ ਆਗੇ ਨੇ ਹੁਣ ਦੇ ਦਿਆਂ ਕਿ ਜਿਹੜੀ ਆ ਟਿੱਪਣੀ ਕੀਤੀ ਹੈ ਜਿਹੜੀ ਸੁਬੀਤ ਸਿੰਘ ਬਾਦਲ ਨੇ ਇੱਕ ਗੁਰਦੁਆਰੇ ਵਿੱਚ ਸੰਗਤ ਨੂੰ ਸਬੋਧਨ ਕਰਦਿਆਂ ਭਗਵੰਤ ਮਾਨ ਤੇ ਟਿੱਪਣੀ ਕੀਤੀ ਉਸ ਟਿੱਪਣੀ ਦਾ ਜਿਹੜਾ ਜਵਾਬ ਸੁਬੀਤ ਸਿੰਘ ਬਾਦਲ ਨੂੰ ਮਿਲਿਆਗਾ ਦੇ ਦੇ ਕਿ ਸੁਬੀ ਸੰ ਬਾਦਲ ਹੋਣੀ ਇਸ ਗੱਲ ਨੂੰ ਅੱਗੇ ਵਧਾਉਂਦੇ ਜਾਂ ਫਿਰ ਇੱਥੇ ਹੀ ਬਰਾਮ ਲਗਾਉਂਦੇ ਨੇ ਫਿਲਹਾਲ ਤੁਸੀਂ ਦੇਖਦੇ ਰਹੋ ਬਣੇ ਰਹੋ ABC ਪੰਜਾਬ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ